ਐਜੀਥੋਮੋਸਿਨ ਇਕਸੀ ਵਿਧੀ ਰਹੀ ਇੰਟਰਾਸਾਈਟੋਪਲਾਜ਼ਮਿਕ ਸਪਰਮ ਇੰਜੈਕਸ਼ਨ ਇਸ ਵਿਧੀ ਰਹੀ ਸੰਤਾਨ ਸੁੱਖ ਦੀ ਪ੍ਰਾਪਤੀ ਬੇ ਔਲਾਦ ਜੋੜੇ ਕਿੱਦਾਂ ਕਰਦੇ ਆ ਉਹਦੇ ਬਾਰੇ ਵਿਸਤਾਰ ਪੂਰਵਕ ਦੱਸਾਂਗੇ। ਇਕਸੀ ਵਿਧੀ ਪਿਛਲੇ ਕੋਈ 15 ਸਾਲ ਪਹਿਲਾਂ ਹੀ ਆਈ ਸੀ ਐਂਡ ਜਦੋਂ ਇਹ ਵਿਧੀ ਨਹੀਂ ਸੀ ਉਦੋਂ ਜਿੰਨੇ ਵੀ ਬੇ ਔਲਾਦ ਜੋੜੇ ਮਰਦ ਜਿਹੜੇ ਆ ਜਿਨ੍ਹਾਂ ਦੇ ਸ਼ੁਕਰਾਣੂ ਦੀ ਮਾਤਰਾ ਘੱਟ ਹੁੰਦੀ ਸੀ ਜਾਂ ਨਿਲ ਹੁੰਦੀ ਸੀ ਉਹਨਾਂ ਨੂੰ ਡੋਨਰ ਸਪਰਮ ਪ੍ਰੋਗਰਾਮ 'ਤੇ ਜਾਣਾ ਪੈਂਦਾ ਸੀ ਵੀ ਸ਼ੁਕਰਾਣੂ ਬਾਹਰੋਂ ਲੈਣੇ ਪੈਂਦੇ ਸਨ। ਲੇਕਿਨ ਹੁਣ ਇਸ ਵਿਧੀ ਦੇ ਰਾਹੀਂ ਆਉਣ ਕਰਕੇ ਉਹ ਮਰਦ ਜਿਨ੍ਹਾਂ ਦੇ ਵਿੱਚ ਸ਼ੁਕਰਾਣੂ ਦੀ ਮਾਤਰਾ ਬਹੁਤ ਹੀ ਘੱਟ ਆ ਨਾਮ ਮਾਤਰ ਹੀ ਆ ਅਤੇ ਉਹ ਮੇਲਸ ਜਿਨ੍ਹਾਂ ਦੇ ਵਿੱਚ ਕਿ ਸ਼ੁਕਰਾਣੂ ਹੈ ਹੀ ਨਹੀਂ ਵੀਰਜ ਦੇ ਵਿੱਚ ਲੇਕਿਨ ਉਹਨਾਂ ਦੇ ਟੈਸਟਿਸ ਦੇ ਵਿੱਚ ਅੰਡਕੋਸ਼ ਗੋਲੀਆਂ ਦੇ ਵਿੱਚ ਨੀਡਲ ਪਾ ਕੇ ਅਸੀਂ ਸ਼ੁਕਰਾਣੂ ਬਾਹਰ ਕੱਢ ਲਈਦੇ ਆ। ਇਹਨਾਂ ਮਰਦਾਂ ਇਹ ਜਿਹੜੇ ਮੇਲਸ ਆ ਹੁਣ ਆਪਣੇ ਹੀ ਸ਼ੁਕਰਾਣੂਆਂ ਦੇ ਨਾਲ ਸੰਤਾਨ ਸੁੱਖ ਦੀ ਪ੍ਰਾਪਤੀ ਕਰ ਸਕਦੇ ਆ। ਇੱਕ ਬਹੁਤ ਹੀ ਕ੍ਰਾਂਤੀਕਾਰੀ ਵਿਧੀ ਆ ਅਤੇ ਮੈਨੂੰ ਇਹ ਵੀ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਆ ਵੀ ਪੰਜਾਬ ਦਾ ਜਿਹੜਾ ਪਹਿਲਾ ਇਕਸੀ ਬੇਬੀ ਉਹ ਸਾਡੇ ਕੇਂਦਰ ਵਿਰਕ ਹੋਸਪਿਟਲ ਜਲੰਧਰ ਨੇ ਅੱਜ ਤੋਂ 10 ਸਾਲ ਪਹਿਲਾਂ 2000 ਦੇ ਵਿੱਚ ਦਿੱਤਾ ਸੀ। ਇਹ ਜੋੜਾ ਮਿਸਿਸ ਕਮਲ ਵਾਈਫ ਆਫ ਸਚਿਨ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਰਾਏਕੋਟ ਦਾ ਸੀ ਜਿਨ੍ਹਾਂ ਦੇ ਟਵਿਨਸ ਹੋਏ ਸਨ ਇੱਕ ਲੜਕਾ ਇੱਕ ਲੜਕੀ। ਇਕਸੀ ਵਿਧੀ ਦੇ ਵਿੱਚ ਕਰੀਦਾ ਕੀ ਆ ਕਿ ਲੇਡੀ ਦੇ ਕਾਫੀ ਮਾਤਰਾ ਦੇ ਵਿੱਚ ਅੰਡੇ ਬਣਾਈਦੇ ਆ ਜਿਸ ਨਾਲ ਅਸੀਂ IVF ਵਿਧੀ ਦੇ ਵਿੱਚ ਬਣਾਈਦੇ ਅਤੇ ਇਹਨਾਂ ਅੰਡਿਆਂ ਨੂੰ ਅਸੀਂ ਸਾਡੇ IVF ਥੀਏਟਰ ਦੇ ਵਿੱਚ ਲਿਜਾ ਕੇ ਇੱਕ ਇੱਕ ਕਰਕੇ ਇਹਨਾਂ ਅੰਡਿਆਂ ਨੂੰ ਕੱਢ ਲਈਦਾ ਆ। ਇਸ ਮਰੀਜ਼ ਦੇ ਹੁਣ ਅੰਡੇ ਕੱਢੇ ਜਾ ਰਹੇ ਆ, ਤੁਸੀਂ ਦੇਖ ਰਹੇ ਹੋ ਇਸ ਸਕੈਨ ਦੇ ਉੱਤੇ ਇਹ ਜਿੰਨੇ ਵੀ ਹੈ 1, 2, 3, 4 ਇਹ ਐਗਸ ਨੇ ਜਿਨ੍ਹਾਂ ਨੂੰ ਅਸੀਂ ਇੱਕ ਇੱਕ ਕਰਕੇ ਸਾਡੇ ਗਾਇਨੋਕੋਲੋਜਿਸਟ ਨੇ ਅੰਡੇ ਕੱਢਣੇ ਆ। ਉਹ ਅੰਡੇ ਫਿਰ ਇਸ ਟਿਊਬ ਦੇ ਵਿੱਚ ਆ ਜਾਂਦੇ ਆ। ਤੁਸੀਂ ਦੇਖ ਰਹੇ ਹੋ ਕਿ ਇਸ ਟਿਊਬ ਦੇ ਵਿੱਚ ਉਹ ਸਾਰੇ ਐਗਸ ਫੋਲੀਕੁਲਰ ਫਲੂਇਡ ਦੇ ਵਿੱਚ ਆ ਰਹੇ ਨੇ। ਸੋ ਇਸ ਪੇਸ਼ੈਂਟ ਦੇ 16 ਅੰਡੇ ਤਿਆਰ ਕੀਤੇ ਆ ਅਸੀਂ, ਜਿਹੜੇ ਕਿ ਤੁਸੀਂ ਇੱਕ ਇੱਕ ਕਰਕੇ ਸਾਰੇ ਗਾਇਨੋਕੋਲੋਜਿਸਟ ਨੇ ਕੱਢਣੇ ਆ। ਉਹ ਸਾਰੇ ਫਲੂਇਡ ਦੇ ਵਿੱਚ ਹੁੰਦੇ ਹੋਏ ਇਸ ਫੋਲੀਕਲ ਪਿਕਅਪ ਨੀਡਲ 'ਚ ਹੁੰਦੇ ਹੋਏ ਇਹ ਤੁਸੀਂ ਦੇਖ ਰਹੇ ਜੇ ਸਾਰੇ ਐਗਸ ਇਸ ਟਿਊਬ ਦੇ ਵਿੱਚ ਆ ਗਏ ਨੇ। ਇੱਕ ਇੱਕ ਅੰਡਾ ਕੱਢ ਕੇ ਉਸ ਤੋਂ ਬਾਅਦ ਅਸੀਂ ਉਹ ਜਿਹੜੇ ਅੰਡੇ ਆ ਉਹਨਾਂ ਨੂੰ ਸਾਡੇ ਇਕਸੀ ਲੈਬ ਦੇ ਵਿੱਚ ਭੇਜ ਦਈਦਾ ਆ, ਜਿੱਥੇ ਕਿ ਸਾਡੇ ਜਿਹੜੇ ਐਮਬਰਿਓਲੋਜਿਸਟ ਆ ਭਰੂਣ ਵਿਗਿਆਨੀ ਉਹਨਾਂ ਅੰਡਿਆਂ ਦਾ ਨਿਰੀਖਣ ਕਰਕੇ ਜੱਜ ਕਰਦੇ ਨੇ ਵੀ ਅੰਡਿਆਂ ਦੀ ਕੁਆਲਿਟੀ ਠੀਕ ਆ ਕਿ ਨਹੀਂ। ਅਤੇ ਫਿਰ ਅਸੀਂ ਇੱਕ ਅੰਡਾ ਜਿਹੜਾ ਆ ਸਾਡੇ ਇੱਕ ਮਸ਼ੀਨ ਹੈਗੀ ਉਹਨੂੰ ਮਾਈਕਰੋ ਮੈਨੂਪਲੇਟਰ ਇਕਸੀ ਮਸ਼ੀਨ ਕਹਿੰਦੇ ਆ, ਉਹਦੇ ਵਿੱਚ ਇੱਕ ਅੰਡਾ ਲੈ ਕੇ ਅਤੇ ਇੱਕ ਸਪਰਮ ਲੈ ਕੇ ਅਸੀਂ ਅੰਡੇ ਦੇ ਵਿੱਚ ਉਹਦੇ ਹਸਬੈਂਡ ਦੇ ਸਪਰਮਸ ਜੋ ਕਿ ਪਹਿਲਾਂ ਬਹੁਤ ਹੀ ਨਾਮ ਮਾਤਰ ਸੀ ਉਹਨਾਂ ਨੂੰ ਇੱਕ ਅੰਡੇ ਦੇ ਵਿੱਚ ਇੱਕ ਸਪਰਮ ਅਸੀਂ ਇੰਜੈਕਟ ਕਰੀਦਾ। ਇਹਨੂੰ ਇੰਟਰਾਸਾਈਟੋਪਲਾਜ਼ਮਿਕ ਸਪਰਮ ਇੰਜੈਕਸ਼ਨ ਵੀ ਕਹੀਦਾ ਹੈ। ਐਂਡ ਜਦੋਂ ਇਹ ਫਰਟੀਲਾਈਜ਼ਡ ਐਗ ਜਿਹੜਾ ਸਪਰਮ ਆ ਮਾਈਕਰੋ ਮੈਨੂਪਲੇਟਰ ਦੇ ਉੱਤੇ ਇਨਕਿਊਬੇਟਰ 'ਚ ਰੱਖ ਦਈਦਾ ਆ, ਜਿੱਥੇ ਕਿ 48 ਘੰਟੇ ਬਾਅਦ ਇਹ 4 ਸੈੱਲ ਜਾਂ 8 ਸੈੱਲ ਸਟੇਜ 'ਤੇ ਪਹੁੰਚ ਜਾਂਦਾ ਹੈ। ਅਤੇ ਇਸ 8 ਸੈੱਲ ਜਾਂ 4 ਸੈੱਲ ਸਟੇਜ ਦੇ ਐਮਬਰੀਓ ਨੂੰ ਅਸੀਂ ਵਾਪਸ ਫਿਰ ਉਸ ਜਿਹੜੇ ਪੇਸ਼ੈਂਟ ਆ ਉਹਦੇ ਬੱਚੇ ਦਾ ਨੀਚੇ ਟ੍ਰਾਂਸਫਰ ਕਰ ਦੇਈਦਾ ਆ, ਜਿਹਨੂੰ ਕਿ ਐਮਬਰੀਓ ਟ੍ਰਾਂਸਫਰ ਕਹਿੰਦੇ ਆ। ਅਤੇ ਉਹਨਾਂ ਨੂੰ ਸੰਤਾਨ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਆ। ਇਕਸੀ ਵਿਧੀ ਅਸੀਂ ਉਹਨਾਂ ਮਰੀਜ਼ਾਂ ਦੇ ਵਿੱਚ ਇਸਤੇਮਾਲ ਕਰੀਦੀ ਆ ਜਿੱਥੇ ਕਿ ਸ਼ੁਕਰਾਣੂ ਦੀ ਮਾਤਰਾ ਬਹੁਤ ਘੱਟ ਹੋਵੇ ਜਾਂ ਨਿਲ ਹੋਵੇ। ਜੇ ਨਿਲ ਆ ਤਾਂ ਉਹਨਾਂ ਦੇ ਟੈਸਟਿਸ ਦੇ ਵਿੱਚੋਂ ਅਸੀਂ ਨੀਡਲ ਪਾ ਕੇ ਸ਼ੁਕਰਾਣੂ ਕੱਢ ਲਈਦੇ ਆ। ਅਤੇ ਇਹ ਵਿਧੀ ਉੱਥੇ ਵੀ ਇਸਤੇਮਾਲ ਹੁੰਦੀ ਹੈ ਇਕਸੀ ਵਿਧੀ ਜਿੱਥੇ ਫਰਟੀਲਾਈਜੇਸ਼ਨ ਰੇਟ ਪੂਅਰ ਹੋਵੇ, ਕਪਲਸ ਜਿੱਥੇ ਕਿ ਸਪਰਮ ਅਤੇ ਐੱਗ ਦੇ ਵਿੱਚ ਜਿਹੜਾ ਫਰਟੀਲਾਈਜੇਸ਼ਨ ਰੇਟ ਆ ਪੂਅਰ, ਉੱਥੇ ਵੀ ਇਕਸੀ ਵਿਧੀ ਰਾਹੀਂ ਸੰਤਾਨ ਸੁੱਖ ਦੀ ਪ੍ਰਾਪਤੀ ਕਰਾਈਦੀ ਆ। ਅਤੇ ਇਕਸੀ ਵਿਧੀ ਉੱਥੇ ਵੀ ਇਸਤੇਮਾਲ ਹੁੰਦੀ ਆ ਜਦੋਂ ਕਿ IVF ਰਾਹੀਂ ਜੇ ਅਸੀਂ ਕੋਸ਼ਿਸ਼ ਕਰੀਏ 2-3 ਵਾਰੀ ਅਤੇ ਕਿਸੇ ਮਰੀਜ਼ ਦੇ ਬੱਚਾ ਨਾ ਠਹਿਰੇ ਤਾਂ ਅਸੀਂ ਫਿਰ ਉਹਨੂੰ ਇਕਸੀ ਵਿਧੀ ਦੇ ਉੱਤੇ ਪਾਈਦਾ ਹੈ। ਉਹ ਮਰੀਜ਼ ਜਿਨ੍ਹਾਂ ਦੇ ਵੀਰਜ ਦੇ ਵਿੱਚ ਸ਼ੁਕਰਾਣੂ ਦੀ ਮਾਤਰਾ ਨਹੀਂ ਆ ਅਤੇ ਟੈਸਟਿਸ ਦੇ ਵਿੱਚ ਜਦੋਂ ਨੀਡਲ ਪਾ ਕੇ ਦੇਖਿਆ
ਤੇ ਟੈਸਟਿਸ ਦੇ ਵਿੱਚੋਂ ਜਿਹੜੀਆਂ ਵਿਧੀਆਂ ਆ ਸ਼ੁਕਰਾਣੂ ਕੱਢਣ ਦੀਆਂ ਉਹ ਆ ਪੀਜ਼ਾ ਮੀਜ਼ਾ ਅਤੇ ਟੀਜ਼ਾ। ਇਹ ਸਾਡੇ ਜਿਹੜੇ ਐਂਡਰੋਲੋਜਿਸਟ ਆ ਉਹ ਟੈਸਟਿਸ 'ਚੋਂ ਸਪਰਮਸ ਕੱਢਦੇ ਆ, ਲੇਕਿਨ ਜੇ ਸਾਨੂੰ ਟੈਸਟਿਸ 'ਚ ਵੀ ਸਪਰਮਸ ਨਾ ਮਿਲਣ ਤਾਂ ਫਿਰ ਸਾਨੂੰ ਡੋਨਰ ਸਪਰਮ ਪ੍ਰੋਗਰਾਮ 'ਤੇ ਜਾਣਾ ਪੈਂਦਾ ਆ। ਵਿਰਿਜ ਦੇ ਵਿੱਚ ਨਹੀਂ ਮਿਲੇ ਸ਼ੁਕਰਾਣੂ, ਫਿਰ ਟੈਸਟਿਸ 'ਚ ਨੀਡਲ ਪਾ ਕੇ ਦੇਖੀ ਉੱਥੇ ਵੀ ਨਹੀਂ ਮਿਲੇ, ਤਾਂ ਫਿਰ ਡੋਨਰ ਸਪਰਮ ਪ੍ਰੋਗਰਾਮ ਸ਼ੁਕਰਾਣੂ ਬਾਹਰੋਂ ਲੈਣੇ ਪੈਂਦੇ ਆ। ਅਤੇ ਉਹਦੇ ਵਿੱਚ ਅਸੀਂ ਇੱਕ ਗੱਲ ਦਾ ਬਹੁਤ ਖਿਆਲ ਰੱਖੀਦਾ ਆ ਵੀ ਸ਼ੁਕਰਾਣੂ ਉਹੀ ਡੋਨਰ ਦੇ ਲਈਦੇ ਜਿਹਦੇ ਸਕਿਨ ਕਲਰ, ਹੇਅਰ ਕਲਰ, ਆਈ ਕਲਰ ਅਤੇ ਬਲੱਡ ਗਰੁੱਪ ਰਿਸੀਪੀਐਂਟ ਜਿੰਨੇ ਕਿ ਸ਼ੁਕਰਾਣੂ ਦਾਨ ਲੈਣੇ ਆ ਉਹਦੇ ਨਾਲ ਮੈਚ ਕਰ ਜਾਣ। ਸੋ ਇਸ ਕ੍ਰਾਂਤੀਕਾਰੀ ਵਿਧੀ ਇਕਸੀ ਰਾਹੀਂ ਅਸੀਂ ਉਹ ਬੇਲਾਦ ਜੋੜੇ ਜਿਨ੍ਹਾਂ ਦੇ ਸ਼ੁਕਰਾਣੂ ਦੀ ਮਾਤਰਾ ਘੱਟ ਆ ਜਾਂ ਨਿਲ ਆ ਉਹਨਾਂ ਨੂੰ ਅਸੀਂ ਸੰਤਾਨ ਸੁੱਖ ਦੀ ਪ੍ਰਾਪਤੀ ਇਕਸੀ ਵਿਧੀ ਰਾਹੀਂ ਕਰਾਈ ਦੀ। ਜਿਹੜੇ ਸਾਰੇ NRI ਭੈਣ ਅਤੇ ਭਰਾ ਨੇ ਜਿਨ੍ਹਾਂ ਨੇ ਸੰਤਾਨ ਸੁੱਖ ਦੀ ਪ੍ਰਾਪਤੀ ਲਈ ਸਾਡੇ ਕੇਂਦਰ ਵਿਰਕ ਹੋਸਪਿਟਲ ਜਲੰਧਰ ਦੇ ਵਿੱਚ ਆਉਣਾ ਆ, ਉਹਨਾਂ ਨੂੰ ਮੈਂ ਇਹੋ ਹੀ ਇੱਕ ਮਸ਼ਵਰਾ ਦੇਵਾਂਗੇ ਵੀ ਆਉਣ ਤੋਂ ਪਹਿਲਾਂ ਸਾਡੇ ਕੇਂਦਰ ਦੇ ਨਾਲ ਸੰਪਰਕ ਪੈਦਾ ਕਰ ਲੈਣ। ਕੋਈ ਵੀ ਕਪਲ ਜਿਹੜਾ ਬਾਹਰੋਂ ਇੱਥੇ ਆਉਣਾ ਚਾਹੁੰਦਾ ਆ ਉਹਦੇ ਉਹਨੂੰ 6 ਤੋਂ 8 ਹਫ਼ਤੇ ਇੱਥੇ ਰਹਿਣਾ ਪੈਣਾ ਆ। 6 ਤੋਂ 8 ਹਫ਼ਤਿਆਂ ਦੇ ਵਿੱਚ ਔਰਤ ਨੂੰ 6 ਤੋਂ 8 ਹਫ਼ਤੇ ਰਹਿਣਾ ਪੈਣਾ, ਹਸਬੈਂਡ ਦੀ ਲੋੜ ਸਿਰਫ 10 ਤੋਂ 15 ਦਿਨ ਨਾਲ। ਜ਼ਿਆਦਾਤਰ ਜਿਹੜੇ NRI ਸਾਡੇ ਕਪਲਸ ਆ ਬੇਲਾਦ ਜੋੜੇ ਉਹ ਲੇਡੀ ਪਹਿਲਾਂ ਆ ਜਾਂਦੀ ਆ ਅਤੇ ਇਲਾਜ ਸ਼ੁਰੂ ਕਰਾ ਲੈਂਦੀ ਆ, ਹਸਬੈਂਡ ਜਿਹੜਾ ਆ ਉਹ ਮਹੀਨੇ ਸਵਾ ਮਹੀਨੇ ਬਾਅਦ ਜਦੋਂ ਉਹਨੇ ਸੀਮਨ ਸੈਂਪਲ ਦੇਣਾ ਹੁੰਦਾ ਉਦੋਂ ਆਉਂਦਾ। ਸਾਡੇ ਜਿਹੜੇ ਈਮੇਲ IDs ਆ ਅਤੇ ਕੰਟੈਕਟ ਨੰਬਰਸ ਆ, ਮੋਬਾਈਲ ਨੰਬਰਸ ਆ, ਉਹ ਮੈਂ ਆਪਣੇ NRI ਕਪਲਸ ਨੂੰ ਕਹਾਂਗਾ ਵੀ ਉਹ ਸਾਡੇ ਨਾਲ ਪਹਿਲਾਂ ਹੀ ਕੰਟੈਕਟ ਕਰ ਲੈਣ ਤਾਂ ਕਿ ਉਹਨਾਂ ਨੂੰ ਆਉਣ ਦੇ ਵਿੱਚ, ਕਿਉਂਕਿ ਇਹ ਇੱਕੋ ਹੀ ਕੇਂਦਰ ਆ ਹਿੰਦੁਸਤਾਨ 'ਚ ਜਿੱਥੇ ਵੇਟਿੰਗ ਲਿਸਟ ਆ। ਅਸੀਂ NRI ਕਪਲਸ ਨੂੰ ਕਦੀ ਵੀ ਵੇਟਿੰਗ 'ਚ ਨਹੀਂ ਪਾਈਦਾ, ਲੇਕਿਨ ਜੇ ਸਾਡੇ ਨਾਲ ਪਹਿਲਾਂ ਹੀ ਉਹ ਰਾਬਤਾ ਕਾਇਮ ਕਰ ਲੈਣਗੇ ਤਾਂ ਉਹਨਾਂ ਨੂੰ ਦਿੱਕਤ ਨਹੀਂ ਆਊਗੀ ਐਂਡ 6 ਹਫ਼ਤਿਆਂ ਦੇ ਵਿੱਚ ਵਿੱਚ ਹੀ ਉਹ IVF ਕਰਾ ਕੇ ਵਾਪਸ ਜਾ ਸਕਦੇ। ਖਰਚਾ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਐਂਡ ਸਕਸੈਸ ਰੇਟ ਵੀ ਇਹਦੇ ਵਿੱਚ ਦੱਸ ਚੁੱਕਿਆ। ਸਾਡੇ ਜਿਹੜੇ ਈਮੇਲ ID ਆ ਉਹਦੇ ਉੱਤੇ ਉਹ ਆਪਣੀਆਂ ਰਿਪੋਰਟਸ ਵੀ ਸਕੈਨ ਕਰਕੇ ਸਾਨੂੰ ਭੇਜ ਸਕਦੇ ਆ। ਅਤੇ ਸਾਡੇ ਜਿਹੜੇ IVF ਕੋਆਰਡੀਨੇਟਰ ਨੇ ਡਾਕਟਰ ਗੀਤਾ, ਉਹ ਓਵਰਸੀਜ਼ ਪੇਸ਼ੈਂਟਸ ਨਾਲ IVF ਲਈ ਕੋਆਰਡੀਨੇਟ ਕਰਦੇ ਆ। ਉਹਨਾਂ ਦਾ ਮੋਬਾਈਲ ਨੰਬਰ ਵੀ ਸਾਡੇ ਵੈਬਸਾਈਟ 'ਤੇ ਆ, 9 8 1 4 0 8 5 0 5 1। ਉਹ IVF ਕੋਆਰਡੀਨੇਟਰ ਡਾਕਟਰ ਗੀਤਾ ਦੇ ਨਾਲ ਕੋਆਰਡੀਨੇਟ ਕਰਕੇ ਆਪਣੇ ਜਿਹੜੀਆਂ ਏਅਰ ਟਿਕਟਸ ਆ ਅਤੇ ਆਪਣਾ ਜਿਹੜਾ ਪਲੈਨ ਆ ਪੰਜਾਬ ਵੱਲ ਉਹ ਵਧੀਆ ਤਰੀਕੇ ਦੇ ਨਾਲ ਕਰ ਸਕਦੇ।